स्वागत है तुहाडा, मैं तुहाडे नाल इंदरजीत कौर। पानी वालियां बसा, जी हाँ ये सच है, हुण तुहानू पंजाब दे विच जल्दी ही पानी च बस चलती हुई दिखाई देवेगी, पर इस नूं जे एम्फीबियस बस कहा जाए तो ज़्यादा बेहतर होएगा, क्योंकि ये बस पानी च तां चलेगी सड़क ते भी दौड़ेगी। भारत दे विच हालांकि ये पहली पानी विच चलन वाली बस होवेगी, पर एम्फीबियस बसा दुबई, टोरंटो अते यूरोप दे विच पहला ही चल रही ने। ता तुसी कह सकते हो कि पंजाब मुल्क का पहला सूबा होएगा जिथे तुहानू सैलानियां नाल भरियां होईयां तैरदियां बसा देखण नू मिलणगियां। पर सवाल यह उठता है कि की पानी वालियां बसा सरकार की वड्डी उपलब्धि है जां महज उप मुख्यमंत्री का ड्रीम कम ट्रू प्रोजेक्ट है, या फिर यह पूरे पंजाब का सुपना सी जो पूरा होण जा रहा है, ते इस नाल की पंजाब का माण वधन वाला है। होर भी कई सवाल ने जिन्हां दे जवाब लभण की अज कोशिश करांगे। पंजाब दे सैर सपाटा अते जेल मंत्री सोहन सिंह ठंडल ने कहा है कि जुलाई दे विच पानी ते चलन वाली डबल स्टोरी बस अमृतसर दे हरी के पत्तन तक 12 किलोमीटर दा सफर तय करेगी, ते उस तो बाद ए ऑन रोड हो जावेगी। ए पानी वाली बस है जिस ते हुण तुहानू भी सफर करन दा मौका मिलन वाला है, क्योंकि पंजाब सरकार ने हुण स्ट्रीम प्रोजेक्ट नू जमीनी पद्धर ते उतारन दा मन बना लिया। पानी में चलने वाली यह बस अमृतसर तो हरीके पत्तन तक 12 किलोमीटर तक का सफर तय करेगी, उस तो बाद ऑन रोड हो जाएगी। हरीके पत्तन उत्थे जाके उदे विच पानी दे विच जाऊगी, और उत्थों लगभग 12 किलोमीटर पानी दे विच चल के मुड़ के फिर बाहर निकल के फिर ये आऊगी। ये अपनी किस्म की हिंदुस्तान दे विच पहली सर्विस जिहड़ी आ वो शुरू होने जा रही है। ਤੁਹਾਨੂੰ ਦੱਸ ਦਈਏ ਕਿ ਇਹ ਖਾਸ ਤਰ੍ਹਾਂ ਦੀ ਬੱਸ ਅਮਰੀਕਾ ਦੇ ਸਿਆਟਲ ਸ਼ਹਿਰ ਤੋਂ ਤਿਆਰ ਹੋ ਕੇ ਪੰਜਾਬ ਵਿੱਚ ਲਿਆਂਦੀ ਜਾ ਰਹੀ ਹੈ। ਪੰਜਾਬ ਦੇ ਸੈਰ ਸਪਾਟਾ ਮੰਤਰੀ ਸੋਹਨ ਸਿੰਘ ਠੰਡਲ ਨੇ ਫਤਿਹਗੜ੍ਹ ਸਾਹਿਬ ਵਿੱਚ ਸਰਹੰਦ ਪਾਖੜਾ ਨਹਿਰ ਤੇ ਬਣੇ ਫਲੋਟਿੰਗ ਰੈਸਟੋਰੈਂਟ ਦਾ ਜਾਇਜ਼ਾ ਲੈਣ ਤੋਂ ਬਾਅਦ ਇਹ ਵੀ ਦੱਸਿਆ ਕਿ ਸੈਰ ਸਪਾਟਾ ਮਹਿਕਮੇ ਨੇ 63 ਲੱਖ ਰੁਪਏ ਖਰਚ ਕਰਕੇ ਫਲੋਟਿੰਗ ਰੈਸਟੋਰੈਂਟ ਨੂੰ ਵੀ ਨਵਾਂ ਲੁਕ ਦਿੱਤਾ ਹੈ, ਜਿੱਥੇ ਮੁਸਾਫਰਾਂ ਦੇ ਠਹਿਰਣ ਅਤੇ ਖਾਣ ਪੀਣ ਦੀ ਵੀ ਸਹੂਲਤ ਮਿਲੇਗੀ। ਅਸੀਂ ਇੱਕ ਜਿਹੜੀ ਪਾਣੀ ਵਿੱਚ ਚੱਲਣ ਵਾਲੀ ਬੱਸ ਆ ਜਿਹਦੀ ਬੜੀ ਚਰਚਾ ਸੀ, ਕਈ ਵਾਰ ਲੋਕ ਕਹਿੰਦੇ ਸੀ ਜੀ ਮਾਨਯੋਗ ਜਿਹੜੇ ਡਿਪਟੀ ਸੀਐਮ ਆ ਇਹ ਹਵਾ 'ਚ ਗੱਲ ਕਰ ਜਾਂਦੇ ਆ, ਪਰ ਅੱਜ ਉਹ ਸੱਚ ਹੋ ਗਈ ਆ। ਉਹ ਬੱਸ ਸਾਡੀ ਜਿਹੜੀ ਆ ਸਿਆਟਲ ਅਮਰੀਕਾ ਦੀ ਧਰਤੀ ਤੋਂ ਬਣ ਕੇ ਜਿਹੜੀ ਆ ਉਹ ਜਲਦੀ 2 ਹਫ਼ਤੇ ਵਿੱਚ ਪੰਜਾਬ ਪਹੁੰਚ ਰਹੀ ਆ। ਵਾਟਰ ਬੱਸ ਦੀ ਸ਼ੁਰੂਆਤ ਹੁੰਦੇ ਹੀ ਭਾਰਤ ਵਿੱਚ ਪਹਿਲੀ ਵਾਰ ਵਾਟਰ ਬੱਸ ਚਲਾਉਣ ਦਾ ਸਿਹਰਾ ਪੰਜਾਬ ਦੇ ਨਾਂ ਹੋ ਜਾਏਗਾ। ਦਰਅਸਲ ਪਾਣੀ ਵਿੱਚ ਚੱਲਣ ਵਾਲੀ ਬੱਸ ਸੂਬੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਡ੍ਰੀਮ ਪ੍ਰੋਜੈਕਟ ਰਿਹਾ। ਸਰਕਾਰ ਸੂਬੇ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨਾ ਚਾਹੁੰਦੀ ਹੈ। ਹਾਲ ਹੀ ਵਿੱਚ ਪੰਜਾਬ ਟੂਰਿਜ਼ਮ ਦਾ ਐਪ ਵੀ ਲਾਂਚ ਕੀਤਾ ਗਿਆ। ਹਰਪ੍ਰੀਤ ਸਿੰਘ, ਜ਼ੀ ਮੀਡੀਆ, ਫਤਿਹਗੜ੍ਹ ਸਾਹਿਬ। ਪਾਣੀ ਤੇ ਚੱਲਣ ਵਾਲੀ ਬੱਸ ਬੜੀ ਹੈਰਾਨੀ ਹੁੰਦੀ ਹੈ ਦੇਖ ਕੇ, ਪਰ ਫਿਰ ਵੀ ਇਹ ਸੱਚ ਹੋਣ ਜਾ ਰਿਹਾ ਜੁਲਾਈ ਦੇ ਵਿੱਚ। ਉਮੀਦ ਕਰਦੇ ਹਾਂ ਕਿ ਜਲਦ ਹੀ ਇਹ ਬੱਸ ਜੋ ਹੈ ਪਾਣੀ ਦੇ ਵਿੱਚ ਪੰਜਾਬ 'ਚ ਤੈਰਦੀ ਹੋਈ ਨਜ਼ਰ ਆਏਗੀ, ਪਰ ਇਸ ਤੋਂ ਬਾਅਦ ਤੁਹਾਡੇ ਮਨ 'ਚ ਜ਼ਰੂਰ ਕੁਝ ਸਵਾਲ ਉੱਠੇ ਹੋਣੇ ਹੈ, ਅਤੇ ਸਵਾਲ ਜੋ ਅਸੀਂ ਅੱਜ ਮੁੱਦੇ ਕੀ ਬਾਤ ਦੇ ਵਿੱਚ ਵੀ ਛਾਏ ਰਹਿਣਗੇ ਅਤੇ ਉਹਨਾਂ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ। ਪਹਿਲਾ ਸਵਾਲ ਕਿ ਪੰਜਾਬ ਦੇ ਵਿੱਚ ਪਾਣੀ 'ਤੇ ਚੱਲਣ ਵਾਲੀ ਡਬਲ ਸਟੋਰੀ ਬੱਸਾਂ ਜੁਲਾਈ ਤੋਂ ਚਲਾਉਣ ਦੇ ਕੀ ਮਾਇਨੇ, ਆਖਿਰ ਕੀ ਮਕਸਦ ਹੈ ਇਸ ਦੇ ਪਿੱਛੇ ਅਤੇ ਕਿੰਨਾ ਫਾਇਦਾ ਹੋਏਗਾ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ। ਤੇ ਦੂਜਾ ਸਵਾਲ ਕਿ ਪਾਣੀ ਵਾਲੀਆਂ ਬੱਸਾਂ ਦੇ ਵਾਅਦੇ ਤੇ ਖਰਾ ਉਤਰ ਰਹੀ ਹੈ ਪੰਜਾਬ ਸਰਕਾਰ, ਕਿ ਜੋ ਵਾਅਦਾ ਕੀਤਾ ਗਿਆ ਸੀ ਪੰਜਾਬ ਦੇ ਉਪ ਮੁੱਖ ਮੰਤਰੀ ਵੱਲੋਂ ਉਹ ਵਾਅਦਾ ਜੋ ਹੈ ਹੁਣ ਵਫਾ ਹੋਣ ਜਾ ਰਿਹਾ। ਤੇ ਤੀਜਾ ਸਵਾਲ ਕਿ ਪੰਜਾਬ ਦੇ ਵਿੱਚ ਪਾਣੀ ਤੇ ਚੱਲਣ ਵਾਲੀਆਂ ਡਬਲ ਸਟੋਰੀ ਬੱਸਾਂ ਟਰਾਂਸਪੋਰਟ ਅਤੇ ਸੈਰ ਸਪਾਟੇ ਦੇ ਲਿਹਾਜ਼ ਨਾਲ ਕਿੰਨੀਆਂ ਸਾਰਥਕ ਨੇ। ਇਸ ਦੇ ਨਾਲ ਹੀ ਇੱਕ ਸਵਾਲ ਜੋ ਅਸੀਂ ਆਪਣੇ ਦਰਸ਼ਕਾਂ ਤੋਂ ਪੁੱਛ ਰਹੇ ਹਾਂ, ਸਵਾਲ ਇਹ ਹੈ ਕਿ ਕੀ ਪਾਣੀ ਤੇ ਚੱਲਣ ਵਾਲੀਆਂ ਬੱਸਾਂ ਸਰਕਾਰ ਦੀ ਵੱਡੀ ਉਪਲਬਧੀ ਨੇ, ਤੁਸੀਂ ਕੀ ਸੋਚਦੇ ਹੋ, ਆਪਣੀ ਰਾਏ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਜੇ ਤੁਹਾਡਾ ਜਵਾਬ ਹਾਂ ਚ ਤਾਂ ਟਾਈਪ ਕਰੋ ZPHH ਸਪੇਸ ਦਿਓ Y, ਤੇ ਜੇ ਤੁਹਾਡਾ ਜਵਾਬ ਨਾ ਚ ਤਾਂ ਟਾਈਪ ਕਰੋ ZPHH ਸਪੇਸ ਦਿਓ N, ਤੇ ਭੇਜ ਦਿਓ 57575 ਤੇ। ਤੁਸੀਂ ਇਸ ਨੰਬਰ ਤੇ ਮੈਸੇਜ ਕਰ ਸਕਦੇ ਹੋ, ਇਸ ਤੋਂ ਇਲਾਵਾ ਕਾਲ ਵੀ ਕਰ ਸਕਦੇ ਹੋ। ਸਾਡਾ ਨੰਬਰ ਹੈ 1800-1800-3535, ਇਸ ਨੰਬਰ ਤੇ ਕਾਲ ਕਰਕੇ ਆਪਣੀ ਰਾਏ ਸਾਂਝੀ ਕਰ ਸਕਦੇ ਹੋ, ਜਾਂ ਫਿਰ ਸਾਡੇ ਅੱਜ ਦੇ ਮਹਿਮਾਨਾਂ ਤੋਂ ਸਵਾਲ ਵੀ ਪੁੱਛ ਸਕਦੇ ਹੋ। ਇੱਕ ਵਾਰ ਫਿਰ ਤੋਂ ਜੋ ਸਵਾਲ ਅਸੀਂ ਆਪਣੇ ਦਰਸ਼ਕਾਂ ਤੋਂ ਪੁੱਛਿਆ ਉਹ ਦੱਸ ਦਈਏ ਕਿ ਸਵਾਲ ਇਹ ਕਿ ਕੀ ਪਾਣੀ ਤੇ ਚੱਲਣ ਵਾਲੀਆਂ ਬੱਸਾਂ ਸਰਕਾਰ ਦੀ ਵੱਡੀ ਉਪਲਬਧੀ ਹੈ, ਤੁਸੀਂ ਕੀ ਸੋਚਦੇ ਹੋ, ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਸਾਡਾ ਨੰਬਰ ਹੈ 1800-1800-3535, ਇਸ ਨੰਬਰ ਤੇ ਤੁਸੀਂ ਕਾਲ ਕਰਕੇ ਆਪਣੀ ਰਾਏ ਦੇ ਸਕਦੇ ਹੋ, ਪਰ ਇਸ ਦੇ ਨਾਲ ਹੀ ਤੁਸੀਂ ਸਾਨੂੰ ਮੈਸੇਜ ਦੇ ਜ਼ਰੀਏ ਵੀ ਆਪਣੀ ਰਾਏ ਦੇ ਸਕਦੇ ਹੋ।
जे तुहाडा जवाब हाँ चे तो टाइप करो जेड पी एच एच स्पेस दियो वाई, जे तुहाडा जवाब ना चे तो टाइप करो जेड पी एच एच स्पेस दियो एन ते पेज दियो 5755। तो साढ़े आज के जो मेहमान ने उन्होंने परिचय करवा देने, हरप्रीत भुल्लर जी बीजेपी आगू साढ़े नाल जुड़ चुके हैं, चरणजीत सिंह बराड़ जी अकाली आगू साढ़े नाल जुड़ चुके हैं, तो आम आदमी पार्टी के आगू अमन अरोड़ा जी भी साढ़े नाल जुड़ चुके हैं। बहुत बहुत स्वागत है तुहाडा सारिआं दा। सब तो पहला बराड़ साहब, मेरा सवाल तुहाडे तो यही है कि हुण असीं उम्मीद कर सकते हैं कि पंजाब जो है वह जुलाई दे विच तैरदा होया नज़र आएगा? अपना बिल्कुल इंद्र जी, जिस तरह तुसी सुनिया कि साढ़े मानयोग कैबिनेट वजीर साहब ठंडल साहब ने सारी गल थोनों बाइट के जरिए दसी और पंजाब के लोगों ने सुनी है, पर मैं एक गल दी टूरिज्म डिपार्टमेंट नूं ते खास करके जिहड़ी सारे स्टेट की देखरेख कर रहे हैं मानयोग मुख्यमंत्री साहब प्रकाश सिंह बादल साहब तो सर सुखबीर सिंह बादल साहब तो साड़ी समुची लीडरशिप नूं बधाई देनी चाहूँगा कि पंजाब नूं हर खिते तो जिहड़ा हैगा वह प्रफुल्लित किया जा रहा। और जिस वक्त इन्होंने बठिंडे की रैली दे विच एक गल कही सी ते मेरे जिहड़े साडे आपोजिशन वाले वीर है कांग्रेसी वीर है जां होर भी जिहड़े कोई विरोधी वीर सीगे उन्होंने बड़ी इस गल की खिली उड़ाई सी, एक पंजाबी च साडा शब्द है कि खिली उड़ाउणा किसी की गल दा, तां मैं एक गल उन्होंने सब तो पहला बस चलण की गल तो पहला एक गल क्लीयर करूँगा कि बहुत सारे मुल्क ऐसे ने छोटे छोटे जिन्हां दा सारा दा सारा रुजगार जां दारोमदार जिहड़ा हैगा वो टूरिज्म ते हैगा, भावें वह छोटे जे गोवा की गल कर लिए कोई सिंगापुर की गल कर लिए दुबई का बहुत सारा, इस तरह होर बहुत सारे मुल्क सूबे ऐसे ने जिहड़े सिर्फ तो सिर्फ टूरिज्म से डिपेंडेंट ने और बड़ी वड्डी टूरिज्म एक इंडस्ट्री है। तो सर सुखबीर सिंह बादल साहब ने भी उस मद्देनज़र एक सुपना लिया कि जिथे पंजाब नूं बाकी खेतरां दे विच मोहरी बनाउणा है मजाक नहीं है, मान गए इस गल देखो इंद्रजीत जी गल कोई बहुत लंबी चौड़ी वड्डी उपलब्धि नहीं हैगी, क्यों? क्योंकि तुसी चाहे गूगल सर्च कर लो चाहे दुनिया जिस मर्जी कोने दे विच जाके देख लो, यह स्वीडन लगा लो आस्ट्रेलिया लगा लो न्यूजीलैंड यह एक आम चीज़ है, कोई बहुत वड्डी गल नहीं हैगी नंबर वन। पर हुण हो इत्थे पंजाब दे विच की रहे बदकिस्मती इस गल दी है कि साडी पंजाब धरती मां नूं जिहनूं कि अज कैंसर लकवा और पोलियो मारिया पिया यह पंजाब सरकार अकाली दल कर पता की रहा है, यह उसकी सुरखीबिंदी करके और मेकअप करके उसनों दोबारा लोगों अगे प्रजेंट करने की कोशिश कर रहे हैं। अज सवाल यह उठता है कि की जल बस है जी वा इंपोर्टेंट इशू है या जेडे अज किसान आत्महत्यावान कर रहे हैं करजे रेट वह वाला इशू है, अज सवाल यह वाला है कि हर घर का जोड़ा बच्चा है वह घर के चिराग ने जोड़े नौजवान वो नशे के विचार की जिंदगी खत्म कर रहे हैं या जल बस ज़्यादा इंपोर्टेंट है। अज जरूरत यह गल सोचण की है कि अज पंजाब दे विचों बिजनेस जिहड़ा सारा पलायन कर गया और पंजाब की इकोनमी अज आईसीयू दे विच पई है कंगाली दे कंडे दे आपां होए खड़े हां ते जल बस दा उत्थे मतलब की बनता है। अज जे ट्रांसपोर्टेशन की गल करदे ने तां तुहानूं मैं 2014-15 की फिक्र दसदा इंद्रजीत जी, पंजाब रोडवेज 2014-15 दे विच 112.29 करोड़ के घाटे दे विच सीगी, पैपसू रोडवेज सी जिहड़ी ओह 30.27 करोड़ के घाटे दे विच सीगी, जिहड़ियां रोड ते चलण वालियां बसां ने ट्रांसपोर्टेशन है जिहड़ी लोकां नूं जरूरत है ਉਹ ਤਾਂ ਇਹ ਖਾ ਗਏ ਕਿਉਂਕਿ ਇਹਨਾਂ ਲੋਕਾਂ ਦੇ ਆਪ ਦੇ ਇੰਟਰਸਟ ਨੇ ਆਪ ਦੀਆਂ ਟਰਾਂਸਪੋਰਟ ਬੱਸਾਂ ਨੇ ਵੱਡੇ ਮੈਂ ਅਰੋੜਾ ਸਾਹਿਬ ਨੂੰ ਕਹੂੰਗਾ ਕਿ ਆਪ ਦੀ ਭਾਸ਼ਾ ਥੋੜੀ ਜਿਹੀ ਠੀਕ ਕਰਕੇ ਰੱਖਣ, ਭਾਸ਼ਾ ਬਿਲਕੁਲ ਠੀਕ ਹੈ ਜੀ, ਹਰ ਕਿਸੇ ਨੂੰ ਪੰਜਾਬ 55 ਸਾਲ ਦੀ ਕਾਂਗਰਸ ਹਰ ਕਿਸੇ ਨੂੰ ਪਤਾ ਇੱਕ ਮਿੰਟ ਚਰਨਜੀਤ ਜੀ ਹਰ ਕਿਸੇ ਨੂੰ ਪਤਾ ਹੈ ਗੱਲ ਨੂੰ ਢੰਗ ਦੀ ਗੱਲ ਕਰਨੋਂ ਪਤਾ ਢੰਗ ਦੀ ਗੱਲ ਹੀ ਹੈ, ਇਹ ਹਰ ਕਿਸੇ ਨੂੰ ਪਤਾ ਹੈ ਕਿ ਆਰਬਿਟ ਕਿਹਦੀ ਹੈ, ਇਹ ਹਰ ਕਿਸੇ ਨੂੰ ਪਤਾ ਨਿਊ ਦੀਪ ਕਿਹਦੀ ਹੈ, ਇਹ ਅਕਾਲੀਆਂ ਕਾਂਗਰਸ ਹੈ ਬੀਜੇਪੀ ਦੇ ਲੋਕਾਂ ਦੇ ਠੀਕ ਹੈ ਅਮਨ ਅਰੋੜਾ ਜੀ ਤੁਸੀਂ ਕਹਿ ਰਹੇ ਹੋ ਕਿ ਸਿਰਫ ਪੰਜਾਬ ਸਰਕਾਰ ਪ੍ਰੈਜ਼ੈਂਟੇਸ਼ਨ ਕਰ ਰਹੀ ਹੈ ਠੀਕ ਹੈ ਇੰਦਰਜੀਤ ਜੀ ਮੈਂ ਇੰਦਰਜੀਤ ਜੀ
ਇੰਦਰਜੀਤ ਜੀ ਪਹਿਲਾਂ ਇੱਕ ਨਾਮ ਮੇਰਾ ਠੀਕ ਕਰੋ, ਹਰਜੀਤ ਸਿੰਘ ਭੁੱਲਰ ਹੈ, ਹਰਪ੍ਰੀਤ ਭੁੱਲਰ ਨੇ ਕਿਹਾ ਜੀ। ਠੀਕ ਹੈ ਹਰਜੀਤ ਜੀ, ਠੀਕ ਹੈ। ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੂੰਗੀ ਕਿ ਅਮਨ ਅਰੋੜਾ ਜੀ ਇਲਜ਼ਾਮ ਲਗਾ ਰਹੇ ਨੇ ਕਿ ਸਿਰਫ ਪੰਜਾਬ ਦੀ ਜੋ ਪ੍ਰੈਜੈਂਟੇਸ਼ਨ ਹੈ ਉਸਨੂੰ ਵਧੀਆ ਤਰੀਕੇ ਨਾਲ ਪੇਸ਼ ਕਰਨ ਦੇ ਲਈ ਪੰਜਾਬ ਸਰਕਾਰ ਨੇ ਇੱਕ ਜ਼ਰੀਆ ਚੁਣਿਆ ਜੀ, ਇੱਕ ਜਿਹੜੀ ਬੱਸ ਜੋ ਹੈ ਪਾਣੀ ਦੇ ਵਿੱਚ ਚਲਾ ਦੇਣਗੇ ਤਾਂ ਕਿ ਲੋਕ ਵੀ ਜੋ ਹੈ ਆਕਰਸ਼ਿਤ ਹੋਣ ਅਤੇ ਇਸ ਨਾਲ ਪੰਜਾਬ ਦਾ ਜੋ ਰੂਪ ਹੈ ਉਹਨਾਂ ਦੇ ਸਾਹਮਣੇ ਇੱਕ ਚੰਗੇ ਤਰੀਕੇ ਦੇ ਨਾਲ ਪੇਸ਼ ਹੋ ਜਾਏ। ਇੰਦਰਜੀਤ ਜੀ, ਅਮਨ ਅਰੋੜਾ ਜੀ ਉਹਨਾਂ ਦੇ ਕੋਲ, ਆਮ ਆਦਮੀ ਪਾਰਟੀ ਦੇ ਕੋਲ ਸਵਾਏ ਇਲਜ਼ਾਮਾਂ ਦੇ ਹੋਰ ਕੋਈ ਕੰਮ ਹੀ ਨਹੀਂ ਹੈਗਾ। ਔਰ ਅੱਜ ਦੀ ਹਾਲਾਤ ਇਹ ਨੇ ਕਿ ਦਿੱਲੀ ਦੇ ਵਿੱਚ ਇਹਨਾਂ ਦੇ ਉੱਤੇ ਜੋ ਇਲਜ਼ਾਮ ਲੱਗ ਰਹੇ ਨੇ ਉਹਨਾਂ ਦਾ ਕੋਈ ਜਵਾਬ ਨਹੀਂ ਹੈਗਾ ਇਹਨਾਂ ਕੋਲ। ਹਰ ਛੋਟੇ ਤੋਂ ਛੋਟਾ ਕਸਬਾ ਕੰਟਰੀ, ਕੋਈ ਪ੍ਰਦੇਸ਼ ਅੱਜ ਟੂਰਿਜ਼ਮ ਦੇ ਸਿਰ ਦੇ ਉੱਤੇ ਤਰੱਕੀ ਕਰ ਰਿਹਾ ਔਰ ਟੂਰਿਜ਼ਮ ਨੂੰ ਵਧਾਉਣ ਵਾਸਤੇ ਨਵੇਂ ਨਵੇਂ ਤਰੀਕੇ ਜਿਹੜੇ ਨੇ ਉਹਨਾਂ ਨੂੰ ਇਲਜ਼ਾਮ ਲੈ ਕੇ ਕੀਤਾ ਜਾ ਰਿਹਾ। ਪੰਜਾਬ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਇਕੱਲੀ ਇਹ ਬੱਸ ਦਾ ਹੀ ਨਹੀਂ ਮਾਮਲਾ, ਆਹ ਮੈਂ ਲੈ ਕੇ ਆਇਆ ਜੀ, ਜਿਸ ਤਰ੍ਹਾਂ ਬਾਹਰ ਟੂਰਿਜ਼ਮ ਵਾਲੇ ਨਕਸ਼ੇ ਬਣਾਉਂਦੇ ਨੇ ਛੋਟੇ ਛੋਟੇ ਸ਼ਹਿਰਾਂ ਦੇ ਵਿੱਚ ਉਹਨਾਂ ਨੂੰ ਦਰਸਾਉਣ ਵਾਸਤੇ ਵੀ ਕਿਹੜੇ ਰਸਤੇ ਨੇ, ਕਿਹੜੀ ਕਿਹੜੀ ਜਗ੍ਹਾ ਦੇਖਣ ਵਾਲੀ ਹੈ, ਉਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਬਣਾਏ ਗਏ ਨੇ, ਹਰ ਛੋਟੇ ਸ਼ਹਿਰ ਦੇ ਨਕਸ਼ੇ ਬਣਾ ਕੇ ਤਿਆਰ ਕੀਤੇ ਗਏ ਨੇ, ਲੋਕਾਂ ਨੂੰ ਦਰਸਾਇਆ ਜਾ ਰਿਹਾ, ਲੋਕਾਂ ਨੂੰ ਅਟਰੈਕਟ ਕੀਤਾ ਜਾ ਰਿਹਾ। ਔਰ ਜਿਹੜੀ ਪਾਰਟੀ 'ਚੋਂ ਅਮਨ ਅਰੋੜਾ ਜੀ ਆਹ ਪਾਰਟੀ 'ਚ ਗਏ ਨੇ, ਮੇਰੀ ਪਹਿਲਾਂ ਗੱਲ ਪੂਰੀ ਹੋਣ ਦਾ ਅਰੋੜਾ ਜੀ ਤੁਹਾਡੇ ਨਾਲ ਕਸਰ ਨਹੀਂ ਕੀਤਾ, ਗਏ ਨੇ ਉਸ ਪਾਰਟੀ ਨੇ 55 ਸਾਲਾਂ ਦੇ ਵਿੱਚ ਪੰਜਾਬ ਨੂੰ ਬਿਲਕੁਲ ਇੱਕ ਪਾਸੇ ਲਾਈ ਰੱਖਿਆ। ਜਿੰਨੇ ਇੱਥੇ ਪੁਰਾਣੇ ਕਿਲ੍ਹੇ ਸੀਗੇ, ਜਿੰਨੇ ਕੋਈ ਇਤਿਹਾਸਕ ਥਾਵਾਂ ਸੀਗੀਆਂ, ਉਹਨਾਂ ਨੂੰ ਜਾਂ ਤਾਂ ਪੁਲਿਸ ਵਾਲਿਆਂ ਦੀਆਂ ਛਾਉਣੀਆਂ ਬਣਾ ਦਿੱਤਾ ਜਾਂ ਆਰਮੀ ਵਾਲਿਆਂ ਦੇ ਹਵਾਲੇ ਕਰਤਾ, ਅਤੇ ਮੁਗਲਾਂ ਦੇ ਜਿੰਨੇ ਕਿਲ੍ਹੇ ਸੀ ਉਹਨਾਂ ਨੂੰ ਇਹਨਾਂ ਨੇ ਸਿਰਫ ਇੱਕ ਟੂਰਿਜ਼ਮ ਦਾ ਵਸੀਲਾ ਬਣਾਇਆ। ਪੰਜਾਬ ਨੂੰ ਇਹਨਾਂ ਨੇ ਬਿਲਕੁਲ ਟੂਰਿਜ਼ਮ ਦੇ ਵਿੱਚ ਜ਼ੀਰੋ ਬਣਾ ਕੇ ਰੱਖਿਆ ਹੋਇਆ ਸੀਗਾ। ਔਰ ਪਿਛਲੇ 10 ਸਾਲਾਂ ਤੋਂ ਜਦੋਂ ਦੀ ਸ਼੍ਰੋਮਣੀ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਸਰਕਾਰ ਆਈ, ਇਹਨਾਂ ਨੇ ਪੰਜਾਬ ਟੂਰਿਜ਼ਮ ਨੂੰ ਵਧਾਉਣਾ ਸ਼ੁਰੂ ਕੀਤਾ। ਅੱਜ ਅੰਮ੍ਰਿਤਸਰ ਇੱਕ ਅਟਰੈਕਸ਼ਨ ਦਾ ਮੁੱਦਾ ਬਣਿਆ ਹੋਇਆ, ਅੱਜ ਬਠਿੰਡੇ 'ਚ, ਗੁਰਦਾਸਪੁਰ 'ਚ, ਹੁਸ਼ਿਆਰਪੁਰ ਦੇ ਵਿੱਚ, ਪਟਿਆਲੇ ਦੇ ਵਿੱਚ, ਕਪੂਰਥਲੇ ਦੇ ਵਿੱਚ ਅੱਜ ਟੂਰਿਸਟ ਜਾਂਦੇ ਨੇ। ਪਰ ਭੁੱਲਰ ਸਾਹਿਬ, ਇਸ ਦੇ ਵਿੱਚ ਪੰਜਾਬ ਸਰਕਾਰ ਦਾ ਵੀ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਟੂਰਿਸਟ ਆ ਰਿਹਾ, 25 ਹੋਟਲ ਆਏ ਨੇ ਇੱਥੇ, 9 ਸਾਲ ਹੋ ਚੁੱਕੇ ਨੇ, 9 ਸਾਲਾਂ ਦੇ ਵਿੱਚ ਕੀ ਪੰਜਾਬ ਸਰਕਾਰ ਹਜੇ ਤੱਕ ਟੂਰਿਜ਼ਮ ਲੈਵਲ ਤੇ ਨਹੀਂ ਕੰਮ ਕਰ ਪਾਈ? ਇੰਦਰਜੀਤ ਮੈਂ ਇੱਕ ਗੱਲ ਪੂਰੀ ਕਰਾਂ, ਮੇਰਾ ਟਾਈਮ ਹੈਗਾ ਮੇਰੇ ਕੋਲ ਜੀ ਜੀ ਬਰਾੜ ਸਾਹਿਬ, ਮੈਂ ਇੱਕ ਗੱਲ ਬੇਨਤੀ ਕਰਾਂ ਕਿ ਅਮਨ ਅਰੋੜਾ ਜੀ ਦੀਆਂ ਦੋਵੇਂ ਤਿੰਨੇ ਗੱਲਾਂ ਦਾ ਮੈਂ ਪੂਰੇ ਸਹੀ ਢੰਗ ਨਾਲ ਜਵਾਬ ਦੇਊਂਗਾ। ਜਿਹੜੀ ਔਰਬਿਟ ਦੀ ਜਾਂ ਉਹਨਾਂ ਦੀਆਂ ਬੱਸਾਂ ਦੀ ਗੱਲ ਕਰਦੇ ਆ ਜਿਹੜੀਆਂ ਕਿ ਬਾਦਲ ਸਾਹਿਬ ਦੀਆਂ, ਹਿੰਦੁਸਤਾਨ ਦੇ ਵਿੱਚ ਬੜੀ ਦੇਰ ਪਹਿਲਾਂ ਦੀਆਂ, ਜਦੋਂ ਦਾ ਸਾਡਾ ਪਾਕਿਸਤਾਨ ਹਿੰਦੁਸਤਾਨ ਬਣਿਆ ਉਦੋਂ ਪਹਿਲਾਂ ਦੀ ਬਾਦਲ ਸਾਹਿਬ ਦੀ ਟਰਾਂਸਪੋਰਟ ਹੈ, ਕੋਈ ਨਵੀਂ ਕੰਮ ਨਹੀਂ। ਇੱਕ ਗੱਲ ਮੈਂ ਕਲੀਅਰ ਕਰਦਾ। ਦੂਜੀ ਗੱਲ, ਜਿਹੜੀ ਪਾਰਟੀ ਨੂੰ ਬੁਲਾਉਂਗਾ ਅਮਨ ਅਰੋੜਾ ਜੀ ਕਰਦੇ ਰਹੇ ਆਏ ਤਾਂ ਹੁਣ ਤਾਂ ਇੱਥੇ ਥੋੜ੍ਹੀ ਦੇਰ ਹੋਈ ਆਏ ਨੂੰ, ਉੱਥੋਂ ਦੀ ਗੱਲ ਮੈਂ ਬਾਅਦ ਉੱਥੋਂ ਦੀ ਵੀ ਦੱਸਦਾ, ਉਹਦਾ ਵੀ ਜਵਾਬ ਦੇ ਦਿਓ ਤੁਸੀਂ। ਉਸ ਕਾਂਗਰਸ ਪਾਰਟੀ ਦੇ ਵਿੱਚ ਵੀ ਬਹੁਤ ਸਾਰੇ ਟਰਾਂਸਪੋਰਟਾਂ ਦੀ ਜਿਹੜੀ ਹੈਗੀ ਆ ਟਰਾਂਸਪੋਰਟ ਹੈਗੀ ਹੈ ਇਸ ਗੱਲ ਦੇ ਵਿੱਚ। ਦੂਜੀ ਗੱਲ, ਇਹ ਭਾਵੇਂ ਘਾਟੇ 'ਚ ਹੋਣ ਜਿਹੜੀਆਂ ਕੋਈ ਟਰਾਂਸਪੋਰਟ, ਭਾਵੇਂ ਪੈਪਸੂ ਦੀ ਹੋਵੇ ਜਾਂ ਰੋਡਵੇਜ਼ 'ਚ ਹੋਵੇ, ਪਰ ਅੱਜ ਦੇ ਅੰਕੜੇ ਮੈਂ ਇਹਨਾਂ ਨੂੰ ਕਹਿਣਾ ਲੈ ਲੈਣ, ਇਹ ਅੱਜ ਜਿਹੜੀ ਹੈ ਟਰਾਂਸਪੋਰਟ ਉਹ ਪਲੱਸ 'ਚ ਜਿਹੜੀ ਹੈ ਉਹ ਜਾ ਚੁੱਕੀ ਹੈ। ਇੱਕ ਗੱਲ। ਦੂਜੀ ਗੱਲ, ਸਰਕਾਰਾਂ ਦੇ ਬਹੁਤ ਸਾਰੇ ਅਦਾਰੇ ਘਾਟੇ 'ਚ ਵੀ ਹੁੰਦੇ ਆ, ਪਰ ਪਬਲਿਕ ਨੂੰ ਸਹੂਲਤਾਂ ਦੇਣ ਲਈ ਉਹਨਾਂ ਨੂੰ ਗਵਰਨਮੈਂਟ ਜਿਹੜੀ ਆ ਉਹ ਏਡ ਕਰਦੀ ਹੈ। ਔਰ ਇੱਕ ਗੱਲ, ਹੁਣ ਮੈਂ ਅਮਨ ਅਰੋੜਾ ਜੀ 'ਤੇ ਇੱਕ ਗੱਲ ਛੱਡਣੀ ਚਾਹੁੰਦਾ ਹੈ ਵੀ ਜਿਹੜਾ 1200 ਕਰੋੜ ਰੁਪਏ ਦਾ ਇਹਨਾਂ 'ਤੇ ਇਲਜ਼ਾਮ ਲੱਗਿਆ ਦਿੱਲੀ ਦੇ ਵਿੱਚ, ਜਿਹੜਾ ਟਰਾਂਸਪੋਰਟ ਘਪਲੇ ਦੇ ਵਿੱਚ, ਜਿਹਦੇ 'ਚ ਮਿਨਿਸਟਰ ਨੂੰ ਵੀ ਮੇਰਾ ਖਿਆਲ ਹਟਾਇਆ ਗਿਆ, ਅਲਕਾ ਲਾਂਬਾ ਨੇ ਵੀ ਇਹਨਾਂ ਦੀ MLA ਨੇ ਸਵਾਲ ਉਠਾਏ ਹੈ, ਜਾਂ ਹੋਰ ਕਿਸਮ ਦੇ ਜਿਹੜੇ ਇਲਜ਼ਾਮਤ ਲੱਗ ਰਹੇ ਹੈ, ਜਾਂ ਸਿਰਫ ਇਸ਼ਤਿਹਾਰਾਂ ਰਾਹੀਂ ਦਿੱਲੀ ਨੂੰ ਚਮਕਦੀ ਦਿਖਾਇਆ ਜਾ ਰਿਹਾ, ਉਹਦੇ ਬਾਰੇ ਅਮਨ ਅਰੋੜਾ ਜੀ ਗੱਲ ਕਰਨ। ਪੰਜਾਬ, ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਨੇ ਇਸ ਚੀਜ਼ ਦਾ ਫੈਸਲਾ ਕਰਨਾ, ਔਰ ਪੰਜਾਬ ਦੇ ਲੋਕ ਤੀਜੀ ਵਾਰੀ ਸਰਕਾਰ ਬਣਾਉਣ ਲਈ ਤਤਪਰ ਨੇ। ਮੈਂ ਮੰਨਦਾ ਹਾਲੇ ਤੀਕ ਬਹੁਤ ਕੁਛ ਪੰਜਾਬ ਦੇ ਵਿੱਚ ਹੋਣ ਵਾਲਾ, ਭਾਵੇਂ ਕਿਸਾਨੀ ਦੇ ਮਾਮਲੇ 'ਤੇ ਲਾ ਲਓ ਜਾਂ ਬਾਕੀ ਦੀ ਬੇਰੁਜ਼ਗਾਰੀ ਦੇ ਮਾਮਲੇ 'ਤੇ ਲਾ ਲਓ, ਪਰ ਮੈਂ ਇੱਕ ਗੱਲ ਦਾ ਚੈਲੰਜ ਕਰਦਾ ਕਿ ਦਿੱਲੀ ਨਾਲੋਂ ਬਹੁਤ ਜ਼ਿਆਦਾ ਬਿਹਤਰ ਹੈ ਪੰਜਾਬ ਅੱਜ ਵੀ। ਠੀਕ ਹੈ, ਠੀਕ ਹੈ। ਅਮਨ ਅਰੋੜਾ ਜੀ, ਆਈ ਥਿੰਕ ਮੇਰੀ ਟਰਨ ਹੈ ਜੀ। ਅਮਨ ਅਰੋੜਾ ਜੀ, ਇੰਦਰਜੀਤ ਜੀ ਮੇਰੀ ਗੱਲ ਪੂਰੀ ਨਹੀਂ ਹੋਈ ਸੀ, ਮੈਨੂੰ ਪੂਰੀ ਕਰ ਲੈਣ ਦਿਓ ਪਹਿਲਾਂ ਗੱਲ। ਇੰਦਰਜੀਤ ਮੈਂ ਆ ਰਹੀ ਹਾਂ ਪੁੱਲਰ ਸਾਹਿਬ ਤੁਹਾਡੇ ਕੋਲ ਵੀ। ਅਮਨ ਅਰੋੜਾ ਜੀ, ਗੱਲ ਇੰਨੀ ਹੈ ਕਿ ਇੰਦਰਜੀਤ ਜੀ ਗੱਲ ਇੰਨੀ ਹੈ ਕਿ ਇਹ ਮੇਰੀ ਪਿਛਲੀ ਪਾਰਟੀ ਨੂੰ ਫੜ ਕੇ ਬੈਠ ਜਾਂਦੇ ਨੇ, ਮੇਰੀ ਮੌਜੂਦਾ ਪਾਰਟੀ ਆ ਮੇਰੇ ਦੇ ਵਿੱਚ ਕੋਈ ਖੋਟ ਦੱਸਣ। ਜੇ ਕਾਂਗਰਸ ਦੇ ਚੱਜ ਨਹੀਂ ਚੰਗੇ ਸੀ, ਮਾੜੇ ਸੀ, ਤਾਂ ਹੀ ਮੈਂ ਕਾਂਗਰਸ ਛੱਡੀ ਆ ਨੰਬਰ ਇੱਕ। ਨਾਲੇ ਵਿਸ਼ਾ ਇਹ ਨਹੀਂ ਹੈ ਕਿ ਅਮਨ ਅਰੋੜਾ ਕੀ ਚੀਜ਼ ਹੈ, ਵਿਸ਼ਾ ਇਹ ਕਿ ਅੱਜ ਪੰਜਾਬ ਦੀ ਕੀ ਪੋਜੀਸ਼ਨ ਹੋਈ ਪਈ ਹੈ, ਅੱਜ ਪੰਜਾਬ ਨੂੰ ਕੀ ਚਾਹੀਦੇ, ਪੰਜਾਬ ਦੇ ਭਾਗ ਦੇ ਮਸਲੇ ਕੀ ਨੇ, ਕਾਂਗਰਸ ਦੇ ਸਵਾਲ ਕਰਨੇ ਨੇ ਕਾਂਗਰਸ ਤੋਂ, ਕਾਂਗਰਸ ਵਾਲੇ ਬਾਲੀ ਸਾਹਿਬ ਵੀ ਆ ਗਏ ਨੇ, ਇਹਨਾਂ ਨਾਲ ਗੱਲ ਕਰ ਲੈਣ ਨੰਬਰ ਇੱਕ। ਦੂਜੀ ਗੱਲ ਇਹ ਹੈ ਕਿ ਜਿੱਥੇ ਤੱਕ ਅਸੀਂ ਟੂਰਿਜ਼ਮ ਨੂੰ ਪ੍ਰਮੋਟ ਕਰਦੇ ਹਾਂ, ਅਸੀਂ ਐਗਰੀ ਕਰਦੇ ਹਾਂ ਇਸ ਗੱਲ ਨਾਲ, ਪਰ
सवाल यह है कि अज पंजाब की पवित्र धरती के उपर सरदार अपना श्री हरिमंदर साहब ने अज इतने पवित्र तख्त ने अज जल्लियांवाले बाग है अज इन्हें पवित्र और पुरातन इतिहासक थावां ने इन्हां नूं प्रमोट करन दे लई इन्हां पार्टियां ने इह सरकार ने की किया सिर्फ एक जल बस चलाउण लई इह आपदी उपलब्धि समझदे ने मैं समझदा कि यह बहुत गलत गल है और जिथे तक यह गल करते हैं ट्रांसपोर्ट की ट्रांसपोर्ट जे प्राइवेट जिहड़े वड्डे घराने सी ओह पब्लिक ट्रांसपोर्ट नूं खा गए ते तां ही अज्ज ओह खत्म हो रही ने सवाल इंदरजीत जी गल यह है कि अज्ज समझण की जरूरत है कि पंजाब दे भाग दे मसले की ने यह सिर्फ आपकी एक झूठी प्रोजैक्शन दे नाल लोगों को गुमराह करके दोबारा सत्ता दे काबज़ होना चाहते हैं पर अज्ज पंजाब दे लोग ने जिहड़े ओह समझ चुके ने सियाणे हो चुके ने इन्हां दीआं गल्लां दे विच नहीं आणज पंजाब ने ठीक है ਤੁਹਾਡੇ ਇਹਨਾਂ ਸਵਾਲਾਂ ਦਾ ਵੀ ਜਵਾਬ ਲਵਾਂਗੇ ਮੈਂ ਇੰਦਰਜੀਤ ਇੱਕ ਗੱਲ ਕਲੀਅਰ ਕਰਦਿਆਂ ਸਿਰਫ ਸਭ ਤੋਂ ਪਹਿਲਾਂ ਇੰਦਰਜੀਤ ਮੈਂ ਇੱਕ ਬੇਨਤੀ ਕਰਾਂ ਕਿ ਸਭ ਤੋਂ ਪਹਿਲਾਂ ਮੈਂ ਗੱਲ ਕਰ ਰਿਹਾ ਸੀ ਕਿ ਸਤ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਜਿਹੜਾ ਕਿਹਾ ਸੀ ਇਹਨਾਂ ਨੇ ਉਸ ਦਿਨ ਇਹਨਾਂ ਦੀ ਪਾਰਟੀ ਨੇ ਵੀ ਜਿਹੜੀ ਨਵੀਂ 'ਚ ਬੈਠੇ ਆ ਉਹ ਉਹਨਾਂ ਨੇ ਵੀ ਖੁੱਲੀ ਉਡਾਈ ਸੀ ਪਰ ਮੈਂ ਇੱਕ ਗੱਲ ਤੁਹਾਡੇ ਜ਼ਰੀਏ ਕਲੀਅਰ ਕਰਨੀ ਚਾਹੁੰਦਾ ਜੋ ਸਤ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕਿਹਾ ਭਾਵੇਂ ਜਦੋਂ ਥਰਮਲਾਂ ਦੀ ਗੱਲ ਕੀਤੀ ਤਾਂ ਇਹਨਾਂ ਦਾ ਭਗਵੰਤ ਮਾਨ ਜਿਹੜਾ ਸਭ ਤੋਂ ਵੱਡਾ ਲੀਡਰ ਅਤੇ ਸੀਐਮ ਦਾ ਦਾਅਵੇਦਾਰ ਹੈ ਉਹ ਕਹਿੰਦਾ ਸੀ ਕਿ ਸ਼ਾਇਦ ਥਰਮਲ ਅੱਗੇ ਪਾਥੀਆਂ 'ਤੇ ਚਲਾਉਣੇ ਆ ਔਰ ਸਾਰੇ ਪੰਜਾਬ ਦੇ ਵਿੱਚ ਥਰਮਲ ਚੱਲ ਰਹੇ ਆ ਤੁਹਾਡੇ ਜ਼ਰੀਏ ਸਾਰੇ ਜਿਹੜੇ ਪੰਜਾਬ ਦੇ ਲੋਕ ਆ ਉਹ ਦੇਖ ਰਹੇ ਆ ਜਿਸ ਦਿਨ ਰੋਡਾਂ ਦੀ ਗੱਲ ਕੀਤੀ ਸੀ ਉਸ ਦਿਨ ਵੀ ਇਹਨਾਂ ਨੇ ਇਸੇ ਤਰੀਕੇ ਨਾਲ ਖਿਲੀ ਉਡਾਈ ਸੀ ਔਰ ਅੱਜ ਰੋਡਾਂ ਦੇ ਵੀ ਜਿਹੜਾ ਪ੍ਰੋਜੈਕਟ ਹੈ ਸਾਰੇ ਹਿੰਦੁਸਤਾਨ ਤੋਂ ਬਿਹਤਰ ਜਿਹੜਾ ਪ੍ਰੋਜੈਕਟ ਆ ਉਹ ਇੱਥੇ ਬਣ ਰਿਹਾ ਬਾਕੀ ਦੇ ਕੰਮਾਂ ਦੀ ਵੀ ਜੇ ਮੈਂ ਗੱਲ ਕਰਾਂ ਭਾਵੇਂ ਕਿਸੇ ਵੀ ਸ਼ਹਿਰੀ ਵਿਕਾਸ ਦੀ ਗੱਲ ਕਰ ਲਓ ਖੇਡਾਂ ਦੀ ਗੱਲ ਕਰ ਲਓ ਹਰ ਖਿੱਤੇ ਦੇ ਵਿੱਚ ਜੋ ਸਤ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕਿਹਾ ਉਹ ਸਾਰੇ ਦਾ ਕੁਝ ਸਾਰਾ ਕੁਝ ਕਰਕੇ ਦਿਖਾਇਆ ਔਰ ਇਹ ਮੁੱਦੇ ਤੋਂ ਭੜਕਾ ਕੇ ਹੋਰ ਕਿਸੇ ਪਾਸੇ ਨੂੰ ਗੱਲ ਨੂੰ ਲਿਜਾਣਾ ਚਾਹੁੰਦੇ ਆ ठीक है ਬਰਾਦਰ ਸਾਹਿਬ ਠੀਕ ਹੈ ਲੋਕ ਇਸ ਗੱਲ ਨੂੰ ਜਾਣਦੇ ਠੀਕ ਹੈ ਇਸ ਵਿੱਚ ਚਾਲੇ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਕਾਂਗਰਸ ਆਗੂ ਜੀਐਸ ਬਾਲੀ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ ਬਾਲੀ ਸਾਹਿਬ ਮੈਂ ਆ ਰਹੀ ਹਾਂ ਪੁੱਲਰ ਸਾਹਿਬ ਤੁਹਾਡੇ ਕੋਲ ਵੀ ਬਾਲੀ ਸਾਹਿਬ ਜੀ ਨੂੰ ਵੀ ਚਰਚਾ 'ਚ ਸ਼ਾਮਿਲ ਕਰ ਲਈਏ ਬਾਲੀ ਸਾਹਿਬ ਮੇਰਾ ਸਵਾਲ ਤੁਹਾਡੇ ਤੋਂ ਹੀ ਹੈ ਆ ਰਹੀ ਹਾਂ ਪੁੱਲਰ ਸਾਹਿਬ ਆ ਰਹੀ ਹਾਂ ਬਾਲੀ ਸਾਹਿਬ ਤੁਹਾਨੂੰ ਕੀ ਲੱਗਦਾ ਕਿ ਇਹ ਹੁਣ ਪੰਜਾਬ ਸਰਕਾਰ ਦੀ ਉਪਲਬਧੀ ਹੈ ਕਿਉਂਕਿ ਉਪ ਮੁੱਖ ਮੰਤਰੀ ਨੇ ਜੋ ਵਾਅਦਾ ਕੀਤਾ ਸੀ ਉਹ ਹੁਣ ਵਫਾ ਹੋਣ ਜਾ ਰਿਹਾ ਦੇਖੋ ਮੰਨਵਾਰ ਮਨਜੀਤ ਜੀ ਗੱਲ ਤਾਂ ਇਹ ਹੈ ਇੰਦਰਜੀਤ ਜੀ ਕਿ ਇਹ ਬੜੇ ਬੜੇ ਵੱਡੇ ਵਾਅਦੇ ਕਰਦੇ ਨੇ ਇਹ ਇਹਨਾਂ ਨੇ ਜਿਹੜੇ ਵਾਅਦੇ ਕੀਤੇ ਨੇ ਇਹ ਜਿਹੜੀਆਂ ਗੱਲਾਂ ਕਰ ਰਹੇ ਨੇ ਹੁਣ ਇੱਥੇ ਬੈਠੇ ਅਕਾਲੀ ਦਲ ਵਾਲੇ ਕਿ ਅਸੀਂ ਤਾਂ ਜੀ ਕਿਸਾਨਾਂ ਵਾਸਤੇ ਆਹ ਕਰਾਂਗੇ ਜੀ ਅਸੀਂ ਕਿਸਾਨਾਂ ਵਾਸਤੇ ਉਹ ਕਰਦੇ 75 ਲੱਖ ਰੁਪਈਏ ਦੀ ਇਹ ਬੱਸ ਲਿਆਏ ਨੇ ਇਹਨਾਂ ਨੂੰ ਇਹ ਪੁੱਛੋ ਕਿ ਜੇ ਪੰਜਾਬ ਦੇ ਅੰਦਰ ਕਿਸਾਨ ਮਾਰ ਰਿਹਾ 4-4 ਲੱਖ ਰੁਪਈਏ ਪਿੱਛੇ 3-3 ਲੱਖ ਰੁਪਈਏ ਪਿੱਛੇ ਕੀ ਉਹ ਉਪਲਬਧੀ ਹੁੰਦੀ ਕਿ ਕਿਸਾਨਾਂ ਨੂੰ 75 ਲੱਖ ਰੁਪਈਆ ਦੇ ਦਿੱਤਾ ਜਾਂਦਾ ਜਾਂ ਉਹਨਾਂ ਨੂੰ ਅੱਜ ਬੇਰੁਜ਼ਗਾਰੀ ਕੀ ਹੈ ਪੰਜਾਬ ਦੇ ਅੰਦਰ ਤੁਸੀਂ ਇਹ ਦੇਖੋ ਕਿਸਾਨਾਂ ਨੂੰ ਇਹ ਗੋਲੀਆਂ ਮਾਰ ਰਹੇ ਨੇ ਨੌਜਵਾਨਾਂ ਕੋਲ ਨੌਕਰੀਆਂ ਨਹੀਂ ਹੈਗੀਆਂ ਰੋਡਸ ਦੀ ਹੱਲ ਕਰਦੇ ਨੇ ਗੱਲ ਕਰਦੇ ਨੇ ਏਅਰਪੋਰਟ 1500 ਕਰੋੜ ਰੁਪਏ ਦਾ ਉਹਨਾਂ ਨੇ ਬਣਾਇਆ ਇੱਥੇ ਜਾ ਕੇ ਦੇਖੋ ਉੱਥੇ ਸਾਰੇ ਦੇ ਪੈਚ ਲੱਗੇ ਹੋਏ ਨੇ ਆਹ ਨਾਲ ਸਾਡੇ ਚੰਡੀਗੜ੍ਹ ਦੇ ਵਿੱਚ ਇੰਟਰਨੈਸ਼ਨਲ ਏਅਰਪੋਰਟ ਬਣਾਇਆ ਹੋਇਆ ਇਹ ਆਪਣੀ ਉਪਲਬਧੀ ਦੱਸਦੇ ਨੇ ਅੱਜ ਕਿ ਸੁਖਬੀਰ ਬਾਦਲ ਜੀ ਹੈ ਇੱਕ ਮਿੰਟ ਮੈਨੂੰ ਗੱਲ ਕਰਨ ਦਿਓ ਮੈਨੂੰ ਇੱਕ ਮਿੰਟ ਗੱਲ ਕਰਨ ਦਿਓ ਮਰਲੇਵਰ ਮੇਰੀ ਮੈਨੂੰ ਗੱਲ ਕਰਨ ਦਿਓ ਇੱਕ ਵਾਰੀ ਤਾਂ ਉਹਨਾਂ ਨੇ ਮੈਨੂੰ ਟਾਈਮ ਦਿੱਤਾ ਗੱਲ ਕਰ ਇਹ ਸੁਖਬੀਰ ਸਿੰਘ ਬਾਦਲ ਜੀ ਦਾ ਬਿੱਲ ਇਹ ਬੱਸ ਲੈਣ ਤੇ ਭਾਵੇਂ ਜਹਾਜ਼ ਲੈਣ ਇਹਨਾਂ ਦਾ ਜਾਣਾ ਤੈਅ ਹੈ ਕਦੀ ਲੋਕਾਂ ਦੀ ਨਬਜ਼ ਤੇ ਹੱਥ ਰੱਖ ਕੇ ਇਹਨਾਂ ਨੇ ਵੇਖਿਆ ਕਿ ਲੋਕਾਂ ਦੇ ਨਾਲ ਕੀ ਕਰ ਰਹੇ ਨੇ ਪੰਜਾਬ ਦੇ ਵਿੱਚ ਲਾਅ ਔਰ ਕਾਨੂੰਨ ਦੇਖਿਆ ਕੀ ਹੋ ਰਿਹਾ ਪੰਜਾਬ ਦੇ ਅੰਦਰ ਰੋਜ਼ ਗੋਲੀਆਂ ਚੱਲ ਰਹੀਆਂ ਨੇ ਰੋਜ਼ ਰੋਗ ਖੋਵਾ ਹੋ ਰਹੀਆਂ ਨੇ ਬਦਮਾਸ਼ੀ ਦੇਖੋ ਕਿੱਥੇ ਤੱਕ ਪੰਜਾਬ 'ਚ ਪਹੁੰਚ ਚੁੱਕੀ ਹੈ ਇਹ ਕਹਿੰਦੇ ਨੇ ਅਸੀਂ ਉਪਲਬਧੀ ਕਰ ਰਹੇ ਹਾਂ ਇੱਕ ਬੱਸ ਲਿਆ ਕੇ 75 ਲੱਖ ਰੁਪਈਏ ਦੀ ਤੇ ਆਪਣੀ ਉਪਲਬਧੀ ਦੱਸ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਇਹ ਕਹਿ ਰਹੇ ਠੀਕ ਹੈ ਬਾਲੀ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਕੋਈ ਉਪਲਬਧੀ ਨਹੀਂ ਹੈ ਪੁੱਲਰ ਸਾਹਿਬ ਇਹੀ ਸਵਾਲ ਮੈਂ ਤੁਹਾਡੇ ਤੇ ਲੈ ਕੇ ਆ ਰਹੀ ਹਾਂ ਤੁਸੀਂ ਆਪਣੀ ਗੱਲ ਪੂਰੀ ਕਰੋ ਨਾਲ ਹੀ ਇਹ ਸਵਾਲ ਤੁਹਾਡੇ ਤੋਂ ਇਹ ਕੀ ਕਹਿ ਰਹੇ ਨੇ ਕਿ ਕੋਈ ਉਪਲਬਧੀ ਨਹੀਂ ਹੈ ਉਪਲਬਧੀ ਤਾਂ ਹੁੰਦੀ ਜੇ ਦੂਜੇ ਮੁੱਦਿਆਂ ਦਾ ਹੱਲ ਨਿਕਲ ਪਾਦਾ ਇੰਦਰਜੀਤ ਜੀ ਗੱਲ ਇਸ ਤਰ੍ਹਾਂ ਹੈ ਕਿ ਪਹਿਲਾਂ ਮੈਂ ਅਮਨ ਅਰੋੜਾ ਜੀ ਦਾ ਗੱਲ ਦਾ ਜਵਾਬ ਦੇ ਦਿੰਦਾ ਹੈ ਮੈਨੂੰ ਲੱਗਦਾ ਵੀ ਅਮਨ ਅਰੋੜਾ ਜੀ ਨੇ ਪੰਜਾਬ ਦਾ ਹੁਣ ਤਾਜ਼ਾ ਕੋਈ ਜਾ ਕੇ ਸਰਵੇ ਨਹੀਂ ਕੀਤਾ ਆਹ ਥੋੜ੍ਹੇ 5-7 ਕਿਲੋਮੀਟਰ ਦੂਰ ਜਾ ਕੇ ਦੇਖੋ ਤੁਸੀਂ ਚੱਪਰ ਛੇੜੀ ਜਿੱਥੋਂ ਦੀ ਪਹਿਲਾ ਸਿੱਖ ਰਾਜ ਮਿਲਿਆ ਸੀਗਾ ਖਾਲਸਾ ਰਾਜ ਤੋਂ ਸਥਾਪਿਤ ਹੋਇਆ ਸੀਗਾ ਉੱਥੇ ਆਹ ਯਾਦਗਾਰ ਬਣਾਈ ਹੈ ਉਹ ਇੱਕ ਟੂਰਿਜ਼ਮ ਦਾ ਹੱਬ ਬਣ ਗਿਆ ਤੁਸੀਂ ਅਨੰਦਪੁਰ ਸਾਹਿਬ ਜਾ ਕੇ ਦੇਖੋ ਜਿੱਥੇ ਸਿੱਖ ਵਿਰਾਸਤ ਬਣਾਈ ਹੈ ਔਰ ਉੱਥੇ ਅੱਜ ਟੂਰਿਜ਼ਮ ਦਾ ਹੱਬ ਬਣਿਆ ਹੋਇਆ ਤੁਸੀਂ ਅੱਜ ਗੋਬਿੰਦਗੜ੍ਹ ਕਿਲ੍ਹਾ ਜਿਹੜਾ ਹੈ ਉਹਨੂੰ ਬਣਾਇਆ ਜਾ ਰਿਹਾ ਉਹਨੂੰ ਰੈਨੋਵੇਟ ਕੀਤਾ ਜਾ ਰਿਹਾ ਉੱਥੇ ਇੱਕ ਟੂਰਿਜ਼ਮ ਹੱਬ ਬਣਾਇਆ ਜਾ ਰਿਹਾ ਨਾਭੇ ਦਾ ਕਿਲ੍ਹਾ ਕਪੂਰਥਲਾ ਫਰੀਦਕੋਟ ਹਰ ਜਗ੍ਹਾ ਨੂੰ ਬਣਾਇਆ ਜਾ ਰਿਹਾ ਕਾਂਗਰਸ ਸਰਕਾਰ ਨੇ ਅਤੇ ਜਿੰਨੇ ਇਹ ਸਾਡੇ ਪੁਰਾਣੇ ਇਤਿਹਾਸ ਸੀਗੇ ਉੱਥੇ ਚੱਕ ਕੇ ਜਾਂਦੇ ਕਚਹਿਰੀਆਂ ਖੋਲ੍ਹਤੀਆਂ ਜਾਂ ਥਾਣੇ ਖੋਲ੍ਹਤੇ ਜਾਂ ਉੱਥੇ ਚੱਕ ਕੇ ਪੁਲਿਸ ਦੇ ਉੱਥੇ ਕੈਂਪ ਲਾ ਤੇ ਅੱਜ ਦੁਬਾਰਾ ਉਹਨਾਂ ਨੂੰ ਰਿਵਾਈਵ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਕਰ ਰਹੀ ਹੈ ਟੂਰਿਜ਼ਮ ਵਾਸਤੇ ਉਹਨਾਂ ਟੂਰਿਜ਼ਮ ਹੱਬ ਬਣਾ ਰਹੀ ਹੈ ਜਿਹੜੀਆਂ ਸੜਕਾਂ ਦੀ ਗੱਲ ਕਰਦੇ ਨੇ
ਤੁਸੀਂ ਯਾਰ ਸੜਕਾਂ 'ਤੇ ਜਾ ਕੇ ਦੇਖੋ, ਸਾਰੇ ਪਾਸੇ 4 ਲੇਨ ਸੜਕਾਂ ਨੇ। ਮੈਂ ਕਾਂਗਰਸ ਦੇ ਬਾਲੀ ਸਾਹਿਬ ਤੁਹਾਨੂੰ ਦੱਸਣਾ ਚਾਹੁੰਦਾ ਹੈ, 5 ਸਾਲ ਮਹਾਰਾਜਾ ਇੱਥੇ ਰਹੇ ਸੀਗੇ ਕੈਪਟਨ ਸਾਹਿਬ ਸੀ ਐੱਮ, ਅਤੇ ਉਹਨਾਂ ਦੇ ਕੋਲ 75 ਕਿਲੋਮੀਟਰ ਦਾ ਟੋਟਾ ਜਿਹੜਾ ਨਾ ਪਟਿਆਲੇ ਤੱਕ ਦਾ, ਇਹ ਡਬਲ ਲੇਨ ਨਹੀਂ ਸੀ ਹੋਇਆ, 4 ਲੇਨਿੰਗ ਨਹੀਂ ਸੀ ਕੀਤੀ ਗਈ ਉਹਨਾਂ ਦੇ ਕੋਲੋਂ, ਜਿੱਥੇ ਰੋਜ਼ ਉਹਨਾਂ ਨੇ ਆਪਣੇ ਮਹਿਲ ਗੁਜ਼ਾਰਾ ਹੁੰਦਾ ਸੀ। ਮੈਂ ਚੰਡੀਗੜ੍ਹੋਂ ਸੁਣਦੇ ਨਹੀਂ ਸੀ ਕਿਉਂਕਿ ਇਹਨਾਂ ਨੇ ਕਾਂਗਰਸ ਤੋਂ ਕੁਐਸਚਨ ਕੀਤਾ, ਇਹਦਾ ਜਵਾਬ ਵੀ ਮੈਂ ਦਿਆਂਗਾ ਜੀ। ਜੋ ਡਿਵੈਲਪਮੈਂਟ ਅੱਜ ਟੂਰਿਜ਼ਮ ਵਾਸਤੇ ਪੰਜਾਬ ਸਰਕਾਰ ਨੇ ਕੀਤੀ ਹੈ, ਭਾਰਤੀ ਜਨਤਾ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਹੈ, ਉਹ 55 ਸਾਲਾਂ ਦੇ ਵਿੱਚ ਕਾਂਗਰਸ ਨੇ ਟੂਰਿਜ਼ਮ ਦਾ ਕੋਈ ਨਾਂ ਹੀ ਨਹੀਂ ਛੱਡਿਆ ਸੀਗਾ, ਸਵਾਏ ਅੱਤਵਾਦ ਤੋਂ, ਸਵਾਏ ਗੋਲੀਆਂ ਚਲਾਉਣ ਤੋਂ, ਸਵਾਏ ਟੈਂਕ ਚੜਾਉਣ ਤੋਂ, ਇਸ ਤੋਂ ਵੱਧ ਕੋਈ ਕੰਮ ਨਹੀਂ ਕੀਤਾ ਕਾਂਗਰਸ ਨੇ। ਆਪਣੀ ਆਪਣੀ ਗੱਲ ਪੂਰੀ ਕਰ ਲਈ ਹੈ, ਰੰਗ ਤੇ ਦਿੱਲੀ ਵਿਖੇ ਦੇਖਣ ਨੂੰ ਮਿਲ ਰਹੇ ਸਾਨੂੰ। ਠੀਕ ਹੈ ਬੁੱਲਰ ਸਾਹਿਬ, ਅਮਨ ਅਰੋੜਾ ਜੀ ਆਪਣੀ ਗੱਲ ਪੂਰੀ ਕਰੋ ਜੀ। ਇੰਦਰ ਜੀ ਦੇਖੋ, ਮੈਂ ਇਸ਼ੂ ਤੋਂ ਭਟਕਦਾ ਨਹੀਂ, ਮੈਂ ਸਿਰਫ ਜਿਹੜੇ 2 ਇਸ਼ੂਜ਼ ਨੇ ਪੰਜਾਬ ਦੇ ਭਖਵੇਂ ਇਹਨਾਂ ਨੇ ਗੱਲ ਕੀਤੀ ਹੈ ਖਾਰ ਸਾਹਿਬ ਨੇ, ਮੈਂ ਉਹਨਾਂ 'ਤੇ ਸੀਮਿਤ ਰਹੂੰਗਾ। ਨੰਬਰ 1 ਰੋਡਸ ਦੀ ਗੱਲ ਕੀਤੀ, ਰੋਡਸ ਆ ਜਿੰਨੇ ਜਿਹੜੇ ਇਹ 19,500 ਕਰੋੜ ਦੇ ਰੋਡਸ ਬਣਾਉਣ ਦੀ ਗੱਲ ਕਰਦੇ ਨੇ ਇੰਦਰਜੀਤ ਜੀ, ਉਹ ਸੈਂਟਰਲ ਗਵਰਨਮੈਂਟ ਦਾ ਪੈਸਾ ਅਤੇ ਲੋਕਾਂ ਤੋਂ ਉਗਰਾਹਿਆ ਜਾਣਾ ਅਗਲੇ 20 ਸਾਲ ਟੋਲ ਟੈਕਸਿਸ ਦੇ ਰੂਪ ਦੇ ਵਿੱਚ, ਤੁਹਾਡੇ ਔਰ ਮੇਰੇ ਲੋਕਾਂ ਦੀ ਜੇਬ ਕੱਟੀ ਜਾਣੀ, ਆਮ ਲੋਕਾਂ ਦੀ ਜੇਬ ਕੱਟੀ ਜਾਣੀ ਹੈ। ਨੰਬਰ 1। ਨੰਬਰ 2 ਜਿਹੜੀ ਇਹ ਗੱਲ ਕਰਦੇ ਨੇ ਥਰਮਲ ਪਾਵਰ ਪਲਾਂਟ ਦੀ, ਅੱਜ ਆ ਪਿੱਛੇ ਜੇ ਇੱਕ ਖਬਰ ਸੀ HT ਦੇ ਜਿਹਦੇ 'ਚ ਲਿਖਿਆ ਸੀਗਾ ਕਿ ਫਸਟ ਸ਼ਾਰਟੇਜ ਨਾਓ ਸਰਪਲਸ ਪਾਵਰ ਇਜ਼ ਹੈਡਿਕ ਫਾਰ ਗਵਰਨਮੈਂਟ। ਹੁਣ 20,000 ਇੰਡਸਟਰੀ ਇਹਨਾਂ ਨੇ ਪੰਜਾਬ ਦੇ ਵਿੱਚੋਂ ਬਾਹਰ ਭਜਾ ਦਿੱਤੀ, ਉਹਦੇ ਕਰਕੇ ਅਨਇੰਪਲੋਇਮੈਂਟ ਹੋ ਗਈ, ਇਸੇ ਕਰਕੇ ਬਿਜਲੀ ਹੈ ਜਿਹੜੀ ਉਹ ਸਰਪਲਸ ਹੋ ਗਈ। ਹੁਣ ਇਹਨਾਂ ਨੇ, ਤੁਸੀਂ ਯਕੀਨ ਕਰੋਗੇ, IIM ਅਹਿਮਦਾਬਾਦ ਨੂੰ ਇੰਗੇਜ ਕੀਤਾ ਪੈਸੇ ਦੇ ਕੇ ਕਿ ਸਾਨੂੰ ਦੱਸੋ ਕਿ ਅਸੀਂ ਲੋਕਾਂ ਨੂੰ ਕਿਵੇਂ ਕਹੀਏ, ਕਿਵੇਂ ਪ੍ਰਮੋਟ ਕਰੀਏ ਕਿ ਤੁਸੀਂ ਬਿਜਲੀ ਦੀ ਖਪਤ ਹੈ ਜਿਹੜੀ ਵੱਧ ਕਰੋ। ਔਰ ਮੈਂ ਸਮਝਦਾ, ਆਹ ਦੇਖੋ ਇਹਦੇ ਵਿੱਚ ਇਹਨਾਂ ਨੇ ਉੱਥੇ ਜਾ ਕੇ ਇਨਵਾਈਟ ਕਰਕੇ ਆਏ ਨੇ ਕਿ ਲੋਕ ਹੁਣ ਬਿਜਲੀ ਵੱਧ ਕੰਜ਼ਿਊਮ ਕਰਨ। ਸੋ ਮੇਰੇ ਖਿਆਲ ਦੇ ਵਿੱਚ ਇਹਨਾਂ ਦੀ ਕੋਈ ਇਕਨੋਮਿਕ ਸੈਂਸ ਨਹੀਂ ਹੈਗੀ, ਇਹ ਟੋਟਲ ਪਾਲਿਸੀ ਪੈਰਾਲਿਸਿਸ ਹੈ। ਠੀਕ ਹੈ ਅਮਨ ਅਰੋੜਾ ਜੀ, ਆਪਣੀ ਗੱਲ ਪੂਰੀ ਕਰ ਲਈ ਹੈ। ਜਿਹੜਾ ਉਹ ਕੰਗਾਲੀ ਦੇ ਮੈਂ ਸਵਾਲ ਹੋਰ ਬਰਾੜ ਸਾਹਿਬ ਤੁਹਾਡੇ ਤੋਂ ਲੈਣਾ ਚਾਹੂੰਗੀ, ਕਿਉਂਕਿ ਇਲਜ਼ਾਮ ਬੜੇ ਲੱਗ ਰਹੇ ਨੇ, ਭਾਰੀ ਹੋ ਚੁੱਕੀ ਕਿ ਕਈ ਦਰਸ਼ਕਾਂ ਦੀ ਜਾਣਕਾਰੀ ਦੇ ਲਈ ਤੁਸੀਂ ਇਹ ਵੀ ਦੱਸ ਦਿਓ ਕਿ ਕਿੰਨਾ ਖਰਚ ਹੈ ਜੋ ਇਸ ਬੱਸ ਨੂੰ ਲਿਆਉਣ ਦੇ ਵਿੱਚ ਇਸ ਪ੍ਰੋਜੈਕਟ ਦੇ ਉੱਤੇ ਲੱਗਿਆ ਹੈ, ਤੇ ਕੀ ਇਸ ਨਾਲ ਟਰਾਂਸਪੋਰਟ ਮਹਿਕਮੇ ਤੇ ਬੋਝ ਨਹੀਂ ਪਏਗਾ? ਤੁਸੀਂ ਕਹਿ ਰਹੇ ਹੋ ਕਿ ਟਰਾਂਸਪੋਰਟ ਮਹਿਕਮੇ ਨੂੰ ਇਹਦੇ ਨਾਲ ਫਾਇਦਾ ਹੋਣ ਵਾਲਾ ਹੈ, ਕੀ ਇਹ ਬੋਝ ਹੈ ਕਿ ਜ਼ਿਆਦਾ ਫਾਇਦਾ? ਇੰਦਰਜੀਤ ਉਹਦਾ ਫਾਇਦਾ ਹੋਣਾ ਹੈ ਕਿ ਨਹੀਂ ਹੋਣਾ ਉਹ ਮੈਂ ਬਾਅਦ 'ਚ ਦੱਸੂਗਾ। ਅਮਨ ਅਰੋੜਾ ਜੀ ਨੇ ਇਹ ਗੱਲ ਕੀਤੀ ਜਿਹੜੀ ਭੁੱਲਰ ਸਾਹਿਬ ਨੇ ਕੀਤੀ, ਪਰ ਅੱਧ ਵਿਚਾਲੇ ਛੱਡ ਕੇ ਇਹਨਾਂ ਨੇ ਦਰਬਾਰ ਸਾਹਿਬ ਅਤੇ ਅੰਮ੍ਰਿਤਸਰ ਦੀ ਗੱਲ ਕੀਤੀ। 1,000-1,500 ਕਰੋੜ ਰੁਪਇਆ ਇਕੱਲੇ ਅੰਮ੍ਰਿਤਸਰ ਦੇ ਵਿੱਚ ਧਾਰਮਿਕ ਸਥਾਨਾਂ 'ਤੇ ਲੱਗ ਰਿਹਾ, ਜਿਹਦੇ 'ਚ ਜਲ੍ਹਿਆਂਵਾਲਾ ਬਾਗ ਵੀ ਹੈ, ਦੁਰਗੈਨਾ ਮੰਦਿਰ ਵੀ ਹੈ, ਰਾਮ ਤੀਰਥ ਵੀ ਹੈ ਅਤੇ ਦਰਬਾਰ ਸਾਹਿਬ ਵੀ ਹੈ। ਪਰ ਸਾਥੋਂ ਇਹਨਾਂ ਵਰਗੇ ਕੰਮ ਨਹੀਂ ਹੋਏ। ਪਹਿਲਾਂ ਤਾਂ ਕਾਂਗਰਸ ਨੇ ਸਾਡੇ ਤੇ ਜ਼ਖਮ ਕੀਤੇ, ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹ, ਇੱਧਰ ਗੱਲ ਕਰੋ ਕਾਂਗਰਸ 'ਚ। ਦੂਸਰੇ ਪਾਸੇ ਤੁਸੀਂ, ਤੁਹਾਡੀ ਆਮ ਆਦਮੀ ਪਾਰਟੀ ਨੇ ਅਲਕਾ ਲਾਂਬਾ ਨੇ ਸ਼ੀਸ਼ਗੰਜ ਸਾਹਿਬ ਗੁਰਦੁਆਰੇ ਮੈਂ ਜਵਾਬ ਦਿੰਦਾ ਉਹਦਾ ਡੋਡੋ ਚਲਾ ਕੇ, 1 ਮਿੰਟ ਉਹ ਸਾਡੇ ਤੇ ਕੀਤਾ ਹੋਇਆ ਬਰਾੜ ਸਾਹਿਬ। ਅੱਜ ਅਸੀਂ ਇਲਜ਼ਾਮ ਸਾਜ਼ੀਆਂ ਦੀ ਗੱਲ ਨਹੀਂ ਕਰ ਰਹੇ, ਅਸੀਂ ਗੱਲ ਕਰ ਰਹੇ ਹਾਂ ਕਿ ਜੋ ਪੰਜਾਬ ਸਰਕਾਰ ਜੋ ਪ੍ਰੋਜੈਕਟ ਲੈ ਕੇ ਆ ਰਹੀ ਹੈ ਪਾਣੀ ਦੇ ਵਿੱਚ ਜੋ ਬੱਸਾਂ ਚੱਲਣਗੀਆਂ, ਉਦੋਂ ਟੂਰਿਜ਼ਮ ਦੀ ਗੱਲ ਕਿਉਂ ਨਹੀਂ ਕਰਦੇ? ਠੀਕ ਹੈ, ਤੁਸੀਂ ਕਹਿ ਰਹੇ ਹੋ ਕਿ ਪਾਣੀ 'ਚ ਬੱਸਾਂ ਚੱਲਣਗੀਆਂ, ਇਸ ਨਾਲ ਟੂਰਿਜ਼ਮ ਨੂੰ ਫਾਇਦਾ ਹੋਏਗਾ, ਟਰਾਂਸਪੋਰਟ ਵਿਭਾਗ ਨੂੰ ਫਾਇਦਾ ਹੋਏਗਾ ਜਾਂ ਬੋਝ ਵਧੇਗਾ? ਤਾਂ ਇਹਨਾਂ ਗੱਲਾਂ ਦੇ ਜਵਾਬ ਦੇਣੇ ਪੈਣਗੇ। ਠੀਕ ਹੈ ਬਰਾੜ ਸਾਹਿਬ, ਹੁਣ ਤੁਸੀਂ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਿਓ ਕਿ ਇਸ ਨਾਲ ਕਿੰਨਾ ਫਾਇਦਾ ਹੋਏਗਾ? ਜਿਹੜੀਆਂ ਪਬਲਿਕ ਸੈਕਟਰ ਹੁੰਦੇ ਆ, ਜਿਹੜੇ ਪਬਲਿਕ ਸੈਕਟਰ ਹੁੰਦੇ ਆ, ਭਾਵੇਂ ਉਹ ਟਰਾਂਸਪੋਰਟ ਹੋਣ ਜਾਂ ਹੈਲਥ ਹੋਵੇ ਜਾਂ ਇਸ ਕਿਸਮ ਦੇ ਜਿਹੜੇ ਸੈਕਟਰ ਹੁੰਦੇ ਆ, ਉਹ ਫਾਇਦੇ ਲਈ ਨਹੀਂ ਚਲਾਏ ਜਾਂਦੇ। ਸਵਾਲ ਇਹ ਹੈ ਕਿ ਉੱਥੇ ਪਹਿਲਾਂ ਇਸ ਚੀਜ਼ ਲਈ ਚਲਾਇਆ ਜਾਂਦਾ ਕਿ ਉੱਥੇ ਟੂਰਿਜ਼ਮ ਨੂੰ ਬੜਾਵਾ ਮਿਲੇਗਾ ਤਾਂ ਸਾਰੀ ਸਟੇਟ ਨੂੰ ਫਿਰ ਫਾਇਦਾ ਹੋਏਗਾ। ਇਹ ਜੇ ਬੱਸਾਂ ਇਕੱਲਾ ਦੂਜਾ ਟਰਾਂਸਪੋਰਟ ਡਿਪਾਰਟਮੈਂਟ ਖਰੀਦੇਗਾ ਜਾਂ ਟੂਰਿਜ਼ਮ ਖਰੀਦੇਗਾ, ਜਿਹੜਾ ਬੰਦਾ ਆਏਗਾ ਕੋਈ ਪੰਜਾਬ ਨੂੰ ਅਟਰੈਕਟ ਹੋ ਕੇ, ਉਹਦਾ ਢਾਬੇ ਵਾਲੇ ਨੂੰ ਵੀ ਫਾਇਦਾ ਹੋਣਾ, ਉਹਦਾ ਟੈਕਸ ਦੇ ਰਾਹੀਂ ਸਰਕਾਰ ਨੂੰ ਵੀ ਫਾਇਦਾ ਹੋਣਾ, ਉਹਦਾ ਲੋਕਾਂ ਨੂੰ, ਤਾਂ ਕਿ ਘੱਟੋ ਘੱਟ ਹੋਰ ਸੜਕਾਂ ਦੇ ਦੂਰ ਨਹੀਂ ਜਾਣਗੇ। ਜੇ ਟੂਰਿਜ਼ਮ ਇੱਥੇ ਮਿਲੂਗਾ ਤਾਂ ਪੰਜਾਬ ਦੇ ਲੋਕ ਇੱਥੇ ਘੁੰਮ ਫਿਰ ਸਕਣਗੇ। ਇਹਨਾਂ ਚੀਜ਼ਾਂ ਨੂੰ ਠੀਕ ਹੈ ਮੈਂ ਵਾਪਸ ਆਉਂਗੀ। ਅਮਨ ਅਰੋੜਾ ਜੀ ਤੁਹਾਡੇ ਕੋਲ ਵੀ, ਤਰੱਕੀ ਹਰ ਗੱਲੋਂ ਬਾਲੀ ਸਾਹਿਬ ਤੁਹਾਡੇ ਕੋਲ ਵੀ ਵਾਪਸ ਆਉਂਗੀ।